ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਵੀ ਮੈਂ ਕੋਈ ਕਿਚਨ ਦੇ ਵਿੱਚ ਖਾਣਾ ਨਹੀਂ ਬਣਾਉਣ ਲੱਗੀ, ਪਰ ਇਹ ਹੈ ਕਿ ਮੈਂ ਕਮਰੇ ਦੇ ਵਿੱਚ ਤੁਹਾਨੂੰ ਦਿਖਾਉਣ ਲੱਗੀ ਹਾਂ ਕਿ ਪੈਸੇ ਬਚਾਉਣ ਦਾ ਤਰੀਕਾ ਦੱਸਣ ਲੱਗੀ ਹਾਂ ਕਿ ਜੇ 500 ਰੁਪਏ ਦੀ ਡਰੈਗਨਿੰਗ ਜਿਹੜੀ ਤੁਸੀਂ ਉਹ 10-15 ਰੁਪਈਆਂ ਦੇ ਵਿੱਚ ਆਪਣੇ ਕੰਬਲਾਂ ਨੂੰ ਸਾਫ਼ ਕਰ ਸਕਦੇ ਹਾਂ। ਅਤੇ ਦੇਖੋ ਵੀ ਇੱਧਰ ਮੈਂ ਦਿਖਾਉਂਦਾ, ਮੈਂ ਸਮਾਨ ਆਪਣਾ ਰੱਖਿਆ ਵਾ। ਆਹ ਤਾਂ ਸਾਡਾ ਕੰਬਲ ਆ ਜਿਹੜਾ ਮੈਂ ਤੁਹਾਨੂੰ ਇਹ ਡਬਲ ਪਲਾਈ ਦਾ ਵਾ, ਅਤੇ ਜਿਹੜਾ ਤੁਹਾਨੂੰ ਦੱਸਣ ਲੱਗੀ ਹਾਂ ਕਿੱਦਾਂ ਕਰਨਾ ਹੈ। ਅਤੇ ਇੱਕ ਆਪਾਂ ਯੂਜ਼ ਕਰਨਾ ਇਹਦੇ 'ਚ ਸਿਰਕਾ, ਤੇ ਇੱਕ ਸ਼ੈਂਪੂ, ਤੇ ਇੱਕ ਮਿੱਠਾ ਸੋਡਾ, ਤੇ ਪਾਣੀ, ਤੇ ਇੱਕ ਆਪਾਂ ਨੂੰ ਕੱਪੜਾ ਚਾਹੀਦਾ ਤੇ ਨਾਲ ਇਹਦਾ। ਹੁਣ ਤੁਹਾਨੂੰ ਮੈਂ ਦੱਸਦੀ ਹਾਂ ਕਿ ਇਹਨੂੰ ਅਸਲ ਕਿੱਦਾਂ ਤਰੀਕੇ ਨਾਲ ਕਰੀਏ ਕਿ ਜਿਹਦੇ ਨਾਲ ਸਾਡੇ ਪੈਸੇ ਵੀ ਬਚਣ। ਤੇ ਕਈ ਵਾਰੀ ਹੁੰਦਾ ਹੈ ਕਿ ਅਸੀਂ ਪਿਛਲੀ ਵਾਰੀ ਦਾ ਅਸੀਂ ਡਰੈਗਨਿੰਗ ਵੀ ਕਰਵਾਇਆ ਹੁੰਦਾ ਤਾਂ ਘੱਟਾ ਮਿੱਟੀ ਪੈ ਜਾਂਦਾ, ਤਾਂ ਵੀ ਸਾਫ਼ ਕਰ ਸਕਦੇ ਹਾਂ। ਅਗਰ ਤੁਸੀਂ ਪਿਛਲੀ ਵਾਰੀ ਜਦੋਂ ਯੂਜ਼ ਕੀਤਾ ਸੀ ਸਿਆਲ ਦੇ ਵਿੱਚ, ਤੇ ਤੁਹਾਡਾ ਨੀ ਹੀ ਮਤਲਬ ਤੁਸੀਂ ਡਰੈਗਨਿੰਗ ਕਰਾਉਣ ਤੋਂ ਬਗੈਰ ਹੀ ਰੱਖ ਦਿੱਤਾ, ਤੇ ਅਗਲਾ ਸਾਲ ਆ ਗਿਆ ਤੇ ਧੁੱਪ ਨਹੀਂ ਲੱਗਣੀ, ਤੇ ਇਸ ਕਰਕੇ। ਪਰ ਅੱਜ ਤੇ ਬਹੁਤ ਧੁੱਪ ਆ, ਪਰ ਮੈਂ ਸਿਰਫ ਤੁਹਾਨੂੰ ਦੱਸਣ ਵਾਸਤੇ ਅੱਜ ਤੁਹਾਨੂੰ ਦੱਸਣ ਲੱਗੀ ਹਾਂ ਕਿ ਇਹਨੂੰ ਕਿੱਦਾਂ ਕਰ ਕੀਤਾ ਜਾਊਗਾ। ਫਿਰ ਧੁੱਪ ਲਵਾਉਣੀ ਜ਼ਰੂਰੀ ਹੈ ਫਿਰ ਨਾਲੇ, ਇਸ ਕਰਕੇ ਅੱਜ ਦਾ ਦਿਨ ਹੀ ਚੁਣਿਆ ਹੈ। ਤੇ ਆਹ ਬਈ ਸਭ ਤੋਂ ਪਹਿਲਾਂ ਦੇਖੋ, ਇਹ ਜਦੋਂ ਵੀ ਕਰਨਾ ਆ ਤੇ ਕੰਬਲ ਨੂੰ ਬੈੱਡ ਦੇ ਉੱਤੇ ਪੂਰਾ ਵਿਛਾ ਲੈਣਾ। ਇਹ ਤਾਂ ਵਿਛਾਉਣਾ ਆ ਕਿਉਂਕਿ ਸਾਡੀ ਸੇਬ ਵੀ ਲੱਗਣ ਡੇ ਨੇ, ਚਾਦਰ ਵੀ ਨੇ ਕੰਬਲ ਵੀ। ਇਹਨੂੰ ਤਾਂ ਵਿਛਾ ਲੈਣਾ ਕਿ ਇਹਨੂੰ ਸਫਾਈ ਇਹਦੀ ਚੰਗੀ ਤਰ੍ਹਾਂ ਖੁੱਲ ਕੇ ਕਰ ਸਕੀਏ। ਮੈਂ ਦੁਪੱਟਾ ਰੱਖਦਾ ਪੈਂਦ ਕਿਉਂਕਿ ਹੁਣ ਜ਼ੋਰ ਵਾਲਾ ਕੰਮ ਆ ਗਿਆ। ਤੇ ਆ ਉਹ ਸਗੋਂ ਪਿੱਲੋ ਵੀ ਬੈਠ ਜਾਓ। ਅੱਛਾ ਹੁਣ ਬਈ ਆਹ ਵੇਖਿਓ, ਸਭ ਤੋਂ ਪਹਿਲਾਂ ਤੇ ਜਿਹੜਾ ਆਪਣੇ ਕੋਲ ਮਿੱਠਾ ਸੋਡਾ ਹੈਗਾ ਵਾ, ਤੇ ਏਦਾਂ ਕਰਕੇ ਥੋੜਾ 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 ਕਰਕੇ ਨਾ ਝਾੜ ਦੇਣਾ ਸਾਰਾ ਇਹਦੇ ਉੱਪਰ। ਇਹ ਝਾੜਦਾ ਵੀ ਤਾਂ ਜ਼ਰੂਰੀ ਆ ਕਿ ਇਹਦੇ 'ਚ ਜਿਹੜੇ ਬੈਕਟੀਰੀਆ ਕੁਛ ਵੀ ਹੋਊਗਾ ਤੇ ਉਹ ਸਾਰਾ ਸਾਫ਼ ਹੋ ਜਾਏਗਾ। ਤੇ ਇਸ ਕਰਕੇ ਇਹਨੂੰ ਥੋੜਾ 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 ਕਰਕੇ ਨਾ ਪਹਿਲਾਂ ਅਸੀਂ ਇੱਕ ਸਾਈਡ ਕਰਨੀ ਆ, ਬਾਅਦ 'ਚ ਦੂਜੀ ਸਾਈਡ ਕਰਨੀ ਆ। ਤੇ ਇਹਦੇ ਨਾਲ ਇਹ ਆ ਕਿ ਇਹ ਸਫਾਈ ਹੋ ਜੂਗੀ ਇਹਦੀ। ਚਲੋ ਇਹ ਅਸੀਂ ਕਰਕੇ ਕੰਮ ਆ ਵਾਲਾ, ਤੇ ਬਾਅਦ 'ਚ ਇਹਦਾ ਥੋੜ੍ਹਾ ਜਿਹਾ ਇਹਨੂੰ ਛੇੜ ਦਿਓ ਕਿ ਜਿਹੜਾ ਇਹਦੇ ਵਿੱਚ ਵੱਜੇ ਸਾਰੇ ਵਿੱਚ। ਜੇ ਇੱਦਾਂ ਕਰੋਗੇ ਮਿਹਨਤ ਵੀ ਘੱਟ ਲੱਗੇਗੀ ਮਤਲਬ, ਤੇ ਇੱਕ ਤੁਹਾਡਾ ਮਤਲਬ ਬਹੁਤ ਛੇਤੀ ਹੋ ਜਾਏਗਾ ਕੰਮ ਇਹ ਵਾਲਾ। ਚਲੋ ਅੰਦਰੋਂ ਤੁਸੀਂ ਮਾਰ ਦਿਓ ਹੱਥ, ਨਾਲੇ ਪਹਿਲਾਂ ਤੋਂ ਵੀ ਕੰਮ ਕਰਾ ਲਾ। ਬਾਕੀ ਇੱਧਰ ਵੇਖਿਓ, ਆਹ ਹੁਣ ਅਸੀਂ ਜਿਹੜਾ ਪਾਣੀ ਲਿਆ ਵਾ ਜਿਹਦੇ ਵਿੱਚ ਆਪਾਂ ਇਹਨੂੰ ਕਰਨਾ ਆ, ਤੇ ਇਹਦੇ ਥੋੜ੍ਹਾ ਜਿਹਾ ਪਾ ਲੈਣਾ ਸ਼ੈਂਪੂ, ਤੇ ਨਾਲ ਪਾ ਲੈਣਾ ਸਿਰਕਾ। ਸਿਰਕਾ ਕਿਉਂਕਿ ਗੰਦਗੀ ਕੱਢਦਾ ਹੈ, ਇਸ ਕਰਕੇ ਇਹਨੂੰ ਮਤਲਬ ਕਿ ਜ਼ਰੂਰੀ ਆ ਪਾਉਣਾ ਨਾਲ ਵਿੱਚ। ਤੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਘੋਲ ਲੈਣਾ ਆ ਕਿ ਜਿਹੜੀ ਕੰਬਲ ਦੀ ਮੈਲ ਵੀ ਨਿਕਲੇ, ਤੇ ਜਿਹੜਾ ਸ਼ੈਂਪੂ ਉਹਦੇ ਸਮੈਲ ਵੀ ਵਧੀਆ ਆਵੇ। ਤੇ ਇਹ ਜਦੋਂ ਕੰਮ ਕਰ ਲਓਗੇ ਤੇ ਧੁੱਪ ਧੁੱਪ ਵਾਲਾ ਦਿਨ ਵੇਖ ਕੇ ਫੇਰ ਕਰਨਾ ਆ। ਤੇ ਇਹਨੂੰ ਇੱਥੇ ਰਹਿਣ ਦਿੰਦੇ ਹਾਂ। ਤੇ ਆਹ ਆ ਆਪਣਾ, ਇਹ ਮੈਂ ਵਾਈਟ ਕੱਪੜਾ ਤਾਂ ਲਿਆ ਵਾ ਕਿ ਗੰਦਗੀ ਦਾ ਸਾਨੂੰ ਦੇਖ ਸਕੇ, ਤੇ ਅਸੀਂ ਵੇਖ ਸਕੀਏ ਕਿੰਨਾ ਗੰਦਾ ਹੋਣ ਡਿਆ ਵਾ। ਤੇ ਬਾਕੀ ਬਈ ਇਹਨੂੰ ਨਾ ਇਹ ਤੋਂ ਵੱਡਾ ਵੀ ਤੁਸੀਂ ਲੈ ਸਕਦੇ, ਮੈਂ ਛੋਟਾ ਤਾਂ ਲਿਆ ਕਿ ਥੋੜ੍ਹਾ ਹੈਂਡੀ ਜਿਹਾ ਹੋ ਜਾਂਦਾ ਵਾ, ਤੇ ਇੱਦਾਂ ਇਹਨੂੰ ਕਵਰ ਕਰਨਾ ਆ। ਇਸ ਕਰਕੇ ਬਈ ਇਹ ਵਾਲਾ, ਇਹ ਤੋਂ ਵੱਡਾ ਢੱਕਣ ਜਿਹੜੇ ਮਿਲਦੇ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ, ਵੱਡਾ ਕੱਪੜਾ ਵੀ, ਕਲਰ ਜਿਹੜਾ ਮਰਜ਼ੀ ਕੱਪੜੇ ਦਾ ਕਰੋ। ਤੇ ਆਹ ਦੇਖੋ ਵੀ ਇਹਦੇ 'ਚ ਤੁਸੀਂ ਇੱਦਾਂ ਇਹਨੂੰ ਬੰਦ ਕਰ ਲੈਣਾ, ਇਹਨੂੰ ਬੰਨ ਲੈਣਾ ਵਾ ਚੰਗੀ ਤਰ੍ਹਾਂ, ਤੇ ਜਿਹੜਾ ਤੁਹਾਨੂੰ ਫੜਿਆ ਜਾ ਸਕੇ। ਤੇ ਇਹਨੂੰ ਮੈਂ ਹਜੇ ਸਾਈਡ 'ਤੇ ਰੱਖ ਦਿੰਦੀ ਹਾਂ। ਦੇਖੋ ਇੱਕ ਚੀਜ਼ ਜਿਹੜੇ ਮੇਨ ਆ ਉਹ ਹੈਗੀ ਆ ਕਿ ਸਾਡੇ ਜਿਹੜੇ ਕੰਬਲ ਦੀ ਆ ਉਹ ਕਿੱਧਰ ਨੂੰ ਜਾਣ ਡੇ ਆ ਰੇਸ਼ੇ। ਵੇਖੋ ਇਹਦਾ ਨੋਟ ਕਰਿਓ ਕਿ ਜਦੋਂ ਮੈਂ ਇੱਧਰ ਨੂੰ ਹੱਥ ਮਾਰਦੀ ਹਾਂ ਤੇ ਇਹਦਾ ਸੋਫਟ ਆ, ਜੇ ਮੈਂ ਐਣੂ ਜਾਂਦੀ ਹਾਂ ਤੇ ਆ ਉੱਖ ਖੜੇ ਹੋ ਗਏ ਤਾਂ ਉਹਨੂੰ ਰੋਸ਼ ਜਿਹੜੇ ਜਿੰਨੇ ਅਸੀਂ ਇਹਨੂੰ ਜਦੋਂ ਫੇਰਨਾ ਅਸੀਂ ਇਹਨੂੰ ਖੜੇ ਵਾਲੇ ਐਂ ਫੇਰਨਾ ਕਿ ਜਿਹਦੇ ਨਾਲ ਇਹ ਸਾਰੇ ਖੜੇ ਹੋਣ, ਅਸੀਂ ਇਹਨੂੰ ਐਣੂ ਯੂਜ਼ ਨਹੀਂ ਕਰਨਾ। ਤੇ ਇਸ ਕਰਕੇ ਇਹ ਚੀਜ਼ ਮੇਨ ਮਕਸਦ ਇਹਦਾ ਹੈਗਾ ਕੰਮ ਕਿ ਜਦੋਂ ਵੀ ਤੁਸੀਂ ਇਹਦਾ ਜ਼ੋਰ ਜ਼ੋਰ ਨਾਲ ਤੁਸੀਂ ਉਲਟੇ ਪਾਸੇ ਨੂੰ ਕਰਨਾ ਇਹਨੂੰ ਸਾਰੇ ਨੂੰ। ਆਹ ਦੇਖੋ ਇਹ ਉਲਟੇ ਪਾਸੇ ਨੂੰ ਜਾਣ ਡਿਆ ਵਾ, ਤੇ ਮੈਂ ਪਹਿਲਾਂ ਤੁਹਾਨੂੰ ਇੰਨਾ ਕੀ ਕਰ ਕੀਤਾ ਵਾ ਤੇ ਇੰਨਾ ਖੋਲ ਕੇ ਵਿਖਾਉਂਦੀ ਹਾਂ ਕਿ ਦੇਖੋ ਇਹਦੇ ਵਿੱਚ ਫਰਕ। ਆਹ ਦੇਖੋ ਇਹਦੇ ਮੈਲ ਦੇ ਪੂਰੇ ਨਿਸ਼ਾਨ ਆਉਂਦਾ ਪਿਆ, ਜੇ ਥੋੜ੍ਹਾ ਜਿਹਾ ਛੋਟਾ ਜਿਹਾ ਪੀਸ ਜਗ੍ਹਾ ਤੋਂ ਕੀਤਾ ਵਾ, ਤੇ ਇਹਦਾ ਇਹਨੂੰ ਕੱਢ ਕੇ ਫਿਰ ਵਾਸ਼ ਕਰ ਲੈਂਦੇ ਇਹਨੂੰ ਫਿਰ। ਅੱਛਾ ਵੀ ਦੇਖੋ ਪਹਿਲਾਂ ਮੈਂ ਇੰਨਾ ਪੋਰਸ਼ਨ ਕੀਤਾ ਆ, ਤੇ ਇਹਦੇ 'ਚ ਦੇਖੋ ਕਿ ਇਹਦੇ ਕਲਰ ਦਾ
ਤੇ ਇਹਦੇ ਅਗਲੇ ਪਾਸੇ ਦੇ ਕਲਰ ਦਾ ਅਜੇ ਕਿ ਇਹਦੇ ਵੀ ਮੈਂ ਰੇਸ਼ੀਅਲ ਚਲੋ ਥੱਲੇ ਨੂੰ ਕੀਤੇ ਆ ਡਿਫਰੈਂਸ ਦੇਖੋ ਦੋਵਾਂ ਦੇ ਕਲਰ ਦਾ ਕਿੰਨਾ ਫਰਕ ਪੈਣ ਡਿਆ ਵਾ ਤੇ ਇਸ ਤਰੀਕੇ ਨਾਲ ਹੀ ਪੂਰਾ ਕੰਬਲ ਕਰਨਾ ਆ अच्छा भी देखो ये मैं एक साइड की थी देखो हाँ करना कंबल कंबल करना है इतना निकल जाता गंदगी निकलती है तो दोवें साइडा से किया चिट्टा कपड़ा है ता ज्यादा होर भी ज्यादा गंडिया वा तो इदा हम अगला सू दस दें कि यह तो अपना क्योंकि बहुत ज्यादा पानी भी हो गया वा पानी विखाओ साफ पानी ही तो वेखो कि गंदा हो गया वा कि वेखो सफाई देखो कि कंबल की पूरा ए वधिया चमक गया वा हुण इहदा डिफरेंस वेखो कि फिर बाकी हुण इहनू हटा देना सुनो हैल्प सिंगल प्लाई है भावे डबल आ तुम दोवें साइडा ही अलग अलग करके लगनिया वा कि जिद अलग है ये पूरा मतलब अंदर बार हो जाए चंगी तरह फिर इधरली साइड से भी तुम ऐदा ही मिठा थोड़ा करना है जिदा तुम पहला छिट गया ही तो दो मिनट प्या लेंगे लाइन होंगे थोड़ा जहा हाथ फिर देना फिर ठीक है अच्छा भी एक चीज हो जे कि जे ते धुप लगी है तो धुप्पे सुकने पा दो क्योंकि थोड़ा मॉइस्चर तो लग ही गया पानी लग गया जे बाई चांस धुप नहीं हैगी तो आप फिर भी इन करे तो फिर तुम पखा जरूर ला के नुए तुरे सुखा है कि यहाँ जरा मॉइस्चर गिले गिले रूम हुए तो वह थोड़े जे सही हो जाए ना सुक जाए इस करके हवा जरूर लवा लेनी है अच्छा भी जा हवा लवा लो पखे थे फिर आर्टिलैक्ट चंगा हो जिदा मेरे नाल वर्गा कि जिन्हें बैड के उत्ते धुप लिया पई है कि बारियां है उत्थे बारियां पूरे घर तो हाँ, सा, दोवें साइडा हो गई जो ये चंगी तरह हो जाए ना कि मतलब तुम कर लिया फिर इन झाड़ दो एक बार चंगी तरह कि जिन्हें मच्छे थोड़े कान है वो निकल जाना झाड़ के फिर इन धुप्पे पाना वा बथेरी दीवार चल जाओ उठे पा दो भारे भारे काम इना गो उपर कड़ लगे जल थे उपर चलो ठीक अच्छा भी देखो आटा जो भाजे धोन वाला वॉश करने वाला वा ये कंबल वा तो जरा वॉश करके धुप तो लवा के आ गया वा तो ये कंबल है तो दोवे डिफरेंस देखो कि हूँ हजे वॉश करा तो ये देखो ये दाग पता लगन डे निशान है तो वैसे भी थोड़ा ब्लैक ब्लैक लगन डे वा ये पिंक पिंक लगन डे सेम ही चीज है दोवे की बाकी बई वेखो एक चीज हो रहा ये शैम्पू की स्मैल तो बहुत वधिया मतलब लगन डी है सारा कुछ तो हल्का भी लाइट लाइट जहा लगन डे वा धुप लगन के ना अच्छा भी जेना मेरी वीडियो चंगी लगी होगी तो जरा वाला मैं करके दिखाया वा डेमो कंबलों का साफ करना नाले हाडा भी काम हो गया तो लाइक जरूर करके जायो कमेंट भी जरूर करके दस्यो कि किदा लगी है वीडियो तो चलो जी ओके जी बाय।